ਅੱਜ ਸਾਡਾ ਹੋਮ ਟੂ ਹੋਮ ਵੋਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਜਿਹੜੇ ਵੀ ਬਜ਼ੁਰਗ ਨੇ ਜਿਹਨੂੰ ਅਸੀਂ ਅਬਸੈਂਟੀ ਵੋਟਰਸ ਮਾਰਕ ਕਰਦੇ ਹਾਂ, ਜਿਹੜੇ ਕਿ ਸੀਨੀਅਰ ਸਿਟੀਜ਼ਨ ਹੋ ਗਏ, ਇੱਕ ਫਿਜ਼ੀਕਲੀ ਹੈਂਡੀਕੈਪ ਹੋ ਗਏ, ਜਿਹੜੇ ਕਿ ਆਪਣੀ ਵੋਟ ਪਾਉਣ ਲਈ ਬੂਥ 'ਤੇ ਨਹੀਂ ਜਾ ਸਕਦੇ, ਅਸੀਂ ਪਹਿਲਾਂ ਹੀ ਮਹੀਨਾ ਪਹਿਲਾਂ ਡੋਰ ਟੂ ਡੋਰ ਸਰਵੇ ਕਰਕੇ ਆਈਡੈਂਟੀਫਾਈ ਕਰਦੇ ਹਾਂ ਵੋਟਰਸ ਨੂੰ, ਅਤੇ ਉਹਨਾਂ ਤੋਂ ਫੋਰਮ ਭਰਾਉਣੇ ਆ, ਕੰਸੈਂਟ ਫੋਰਮ, ਕਿ ਹਾਂਜੀ ਸਾਡੀ ਵੋਟ ਘਰ ਆ ਕੇ ਪਵਾਈ ਜਾਵੇ। ਜਦੋਂ ਸਾਡੇ ਕੋਲੋਂ ਲਿਸਟ ਆ ਜਾਂਦੀ ਹੈ ਤਾਂ ਅਸੀਂ ਉਹਨਾਂ ਦਾ ਜਿਹੜਾ ਕਿ ਪੋਸਟਲ ਬੈਲਟ ਜਾਰੀ ਕਰਾਉਂਦੇ ਹਾਂ, ਅਤੇ ਉਹਦੇ ਲਈ ਅਸੀਂ ਟੀਮਸ ਬਣਾਈ ਹੈ, 4 ਟੀਮ ਜਿਹੜੀਆਂ ਡੋਰ ਟੂ ਡੋਰ ਇਹੋ ਜਿਹੇ ਵੋਟਰਸ ਕੋਲ ਜਾਣਗੀਆਂ, ਅਤੇ ਘਰ ਹੋਮ ਟੂ ਹੋਮ ਵੋਟਿੰਗ ਚੱਲ ਰਹੀ ਹੈ। ਸਾਡੀ 4 ਪੋਲਿੰਗ ਪਾਰਟੀ ਦੇ ਅਸੀਂ ਫੀਲਡ 'ਚ ਨੇ ਅਲੋਂਗ ਵਿਦ ਸਿਕਿਉਰਟੀ ਐਂਡ ਵੀਡੀਓਗ੍ਰਾਫਰ, ਤਾਂ ਪੂਰੀ ਸੈਕਰੇਸੀ 'ਚ ਉਹਨਾਂ ਦੀ ਵੋਟਿੰਗ ਕਰਾਈ ਜਾ ਰਹੀ ਹੈ। ਇਹ ਅੱਜ ਅਤੇ ਕੱਲ੍ਹ 2 ਦਿਨ ਇਹ ਮੁਹਿੰਮ ਚੱਲਣੀ ਹੈ, ਅਤੇ ਉਸ ਤੋਂ ਬਾਅਦ ਇਹਨਾਂ ਦੀ ਵੋਟਾਂ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਲੈਵਲ 'ਤੇ ਹੈੱਡਕੁਆਰਟਰ ਲੈਵਲ 'ਤੇ ਆਰ ਓ ਸਾਹਿਬ ਕੋਲ ਭੇਜ ਦਿੱਤੀਆਂ ਜਾਣਗੀਆਂ ਪੋਸਟਲ ਬੈਲਟਸ, ਕਿਉਂਕਿ ਸਾਰੀ ਪੋਸਟਲ ਬੈਲਟ ਦੀ ਕਾਊਂਟਿੰਗ ਲੋਕ ਸਭਾ ਚੋਣਾਂ 'ਚ ਆਰ ਓ ਪੱਧਰ 'ਤੇ ਹੋਣੀ ਹੁੰਦੀ ਹੈ। ਅਤੇ ਇਸ ਤਰ੍ਹਾਂ ਬੇਸਿਕਲੀ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਹੀ ਇਹ ਕੰਮ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਜਿਹੜੇ ਵੋਟਰਸ ਵੋਟ ਪਾਉਣ ਆਉਣਾ ਚਾਹੁੰਦੇ ਨੇ ਬਟ ਉਹਨੂੰ ਸਹੂਲੀਅਤ ਚਾਹੀਦੀ, ਉਹਨੂੰ ਵਲੰਟੀਅਰ ਦੇ ਵੀਲਚੇਅਰ ਪ੍ਰੋਵਾਈਡ ਕੀਤੇ ਜਾਣਗੇ, ਜਿਹੜੇ ਕਿ ਬੂਥ 'ਤੇ ਪਾਉਣਾ ਚਾਹੁੰਦੇ ਨੇ। ਇਹ ਸਾਡੇ ਟੋਟਲ 81 ਵੋਟਰਸ ਨੇ ਜਿਹੜੇ ਅਸੀਂ ਆਈਡੈਂਟੀਫਾਈ ਕੀਤੇ ਹਾਂ, ਅਤੇ ਹੋਮ ਟੂ ਹੋਮ ਵੋਟਿੰਗ ਅੱਜ ਕਰਾਈ ਜਾ ਰਹੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਡੇ ਕਾਰਥ ਐਸ ਡੀ ਐਮ ਮੈਡਮ, ਜੋ ਕਿ ਏ ਆਰ ਓ ਨੇ 116 ਸਮਾਣਾ ਦੇ, ਉਹਨਾਂ ਦੇ ਆਦੇਸ਼ਾਂ ਅਨੁਸਾਰ ਅਸੀਂ ਅੱਜ 4 ਟੀਮਾਂ ਦੇ ਰੂਪ ਵਿੱਚ ਜਿਹੜੀ ਹੈਗੀ ਹੈ ਪੂਰੇ ਹਲਕੇ ਨੂੰ ਕਵਰ ਕੀਤਾ, ਔਰ ਮੇਰੀ ਡਿਊਟੀ ਜਿਹੜੀ ਹੈਗੀ ਸਮਾਣੇ ਦੇ ਲੋਕਲ ਬੂਥਾਂ 'ਤੇ ਲੱਗੀ ਹੋਈ ਹੈ, ਔਰ ਮੇਰੀ ਪਾਰਟੀ ਨੰਬਰ 4 ਹੈ। ਟੋਟਲ ਵੋਟ ਕਿੰਨੇ ਹਲਕੇ ਦੇ ਵਿੱਚ? ਆਪਣੇ ਕੋਲ ਟੋਟਲ 232 ਬੂਥ ਨੇ, 232 ਬੂਥਾਂ ਵਿੱਚੋਂ ਕੁੱਲ 4 ਟੀਮਾਂ ਜਿਹੜੀਆਂ ਉਹ ਨਿਯੁਕਤ ਕੀਤੀਆਂ ਗਈਆਂ, ਔਰ 4 ਟੀਮਾਂ ਨੇ ਕੁੱਲ 81 ਜਿਹੜੇ ਵੋਟਰ ਨੇ ਜਿਹੜੇ ਕਿ 85 ਪਲੱਸ ਔਰ ਫਿਜ਼ੀਕਲੀ ਹੈਂਡੀਕੈਪ ਜਿਹੜੇ ਕਿ ਬੂਥ 'ਤੇ ਜਾ ਕੇ ਵੋਟਾਂ ਨਹੀਂ ਪਾ ਸਕਦੇ, ਉਹਨਾਂ ਨੂੰ ਭੁਗਤਾਉਣ ਵਾਸਤੇ ਉਹਨਾਂ ਨੂੰ ਹਾਊਸ ਟੂ ਹਾਊਸ ਜਿਹੜੇ ਹੈਗੇ ਜਾ ਕੇ ਉਹਨਾਂ ਦੇ ਆਪ ਵੋਟਾਂ ਅਸੀਂ ਪਵਾ ਕੇ ਆ ਰਹੇ ਹਾਂ। ਅੱਜ ਸਾਡਾ ਹੋਮ ਟੂ ਹੋਮ ਵੋਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਜਿਹੜੇ ਵੀ ਬਜ਼ੁਰਗ ਨੇ ਜਿਹਨੂੰ ਅਸੀਂ ਅਬਸੈਂਟੀ ਵੋਟਰਸ ਮਾਰਕ ਕਰਦੇ ਹਾਂ, ਜਿਹੜੇ ਕਿ ਸੀਨੀਅਰ ਸਿਟੀਜ਼ਨ ਹੋ ਗਏ, ਇੱਕ ਫਿਜ਼ੀਕਲੀ ਹੈਂਡੀਕੈਪ ਹੋ ਗਏ, ਜਿਹੜੇ ਕਿ ਆਪਣੀ ਵੋਟ ਪਾਉਣ ਲਈ ਬੂਥ 'ਤੇ ਨਹੀਂ ਜਾ ਸਕਦੇ, ਅਸੀਂ ਪਹਿਲਾਂ ਹੀ ਮਹੀਨਾ ਪਹਿਲਾਂ ਡੋਰ ਟੂ ਡੋਰ ਸਰਵੇ ਕਰਕੇ ਆਈਡੈਂਟੀਫਾਈ ਕਰਦੇ ਹਾਂ ਵੋਟਰਸ ਨੂੰ, ਅਤੇ ਉਹਨਾਂ ਤੋਂ ਫੋਰਮ ਭਰਾਉਣੇ ਆ, ਕੰਸੈਂਟ ਫੋਰਮ, ਕਿ ਹਾਂਜੀ ਸਾਡੀ ਵੋਟ ਘਰ ਆ ਕੇ ਪਵਾਈ ਜਾਵੇ। ਜਦੋਂ ਸਾਡੇ ਕੋਲੋਂ ਲਿਸਟ ਆ ਜਾਂਦੀ ਹੈ ਤਾਂ ਅਸੀਂ ਉਹਨਾਂ ਦਾ ਜਿਹੜਾ ਕਿ ਪੋਸਟਲ ਬੈਲਟ ਜਾਰੀ ਕਰਾਉਂਦੇ ਹਾਂ, ਅਤੇ ਉਹਦੇ ਲਈ ਅਸੀਂ ਟੀਮਸ ਬਣਾਈ ਹੈ, 4 ਟੀਮ ਜਿਹੜੀਆਂ ਡੋਰ ਟੂ ਡੋਰ ਇਹੋ ਜਿਹੇ ਵੋਟਰਸ ਕੋਲ ਜਾਣਗੀਆਂ, ਅਤੇ ਘਰ ਹੋਮ ਟੂ ਹੋਮ ਵੋਟਿੰਗ ਚੱਲ ਰਹੀ ਹੈ। ਸਾਡੀ 4 ਪੋਲਿੰਗ ਪਾਰਟੀ ਦੇ ਅਸੀਂ ਫੀਲਡ 'ਚ ਨੇ ਅਲੋਂਗ ਵਿਦ ਸਿਕਿਉਰਟੀ ਐਂਡ ਵੀਡੀਓਗ੍ਰਾਫਰ, ਤਾਂ ਪੂਰੀ ਸੈਕਰੇਸੀ 'ਚ ਉਹਨਾਂ ਦੀ ਵੋਟਿੰਗ ਕਰਾਈ ਜਾ ਰਹੀ ਹੈ। ਇਹ ਅੱਜ ਅਤੇ ਕੱਲ੍ਹ 2 ਦਿਨ ਇਹ ਮੁਹਿੰਮ ਚੱਲਣੀ ਹੈ, ਅਤੇ ਉਸ ਤੋਂ ਬਾਅਦ ਇਹਨਾਂ ਦੀ ਵੋਟਾਂ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਲੈਵਲ 'ਤੇ ਹੈੱਡਕੁਆਰਟਰ ਲੈਵਲ 'ਤੇ ਆਰ ਓ ਸਾਹਿਬ ਕੋਲ ਭੇਜ ਦਿੱਤੀਆਂ ਜਾਣਗੀਆਂ ਪੋਸਟਲ ਬੈਲਟਸ, ਕਿਉਂਕਿ ਸਾਰੀ ਪੋਸਟਲ ਬੈਲਟ ਦੀ ਕਾਊਂਟਿੰਗ ਲੋਕ ਸਭਾ ਚੋਣਾਂ 'ਚ ਆਰ ਓ ਪੱਧਰ 'ਤੇ ਹੋਣੀ ਹੁੰਦੀ ਹੈ। ਅਤੇ ਇਸ ਤਰ੍ਹਾਂ ਬੇਸਿਕਲੀ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਹੀ ਇਹ ਕੰਮ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਜਿਹੜੇ ਵੋਟਰਸ ਵੋਟ ਪਾਉਣ ਆਉਣਾ ਚਾਹੁੰਦੇ ਨੇ ਬਟ ਉਹਨੂੰ ਸਹੂਲੀਅਤ ਚਾਹੀਦੀ, ਉਹਨੂੰ ਵਲੰਟੀਅਰ ਦੇ ਵੀਲਚੇਅਰ ਪ੍ਰੋਵਾਈਡ ਕੀਤੇ ਜਾਣਗੇ, ਜਿਹੜੇ ਕਿ ਬੂਥ 'ਤੇ ਪਾਉਣਾ ਚਾਹੁੰਦੇ ਨੇ। ਇਹ ਸਾਡੇ ਟੋਟਲ 81 ਵੋਟਰਸ ਨੇ ਜਿਹੜੇ ਅਸੀਂ ਆਈਡੈਂਟੀਫਾਈ ਕੀਤੇ ਹਾਂ, ਅਤੇ ਹੋਮ ਟੂ ਹੋਮ ਵੋਟਿੰਗ ਅੱਜ ਕਰਾਈ ਜਾ ਰਹੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਡੇ ਕਾਰਥ ਐਸ ਡੀ ਐਮ ਮੈਡਮ, ਜੋ ਕਿ ਏ ਆਰ ਓ ਨੇ 116 ਸਮਾਣਾ ਦੇ, ਉਹਨਾਂ ਦੇ ਆਦੇਸ਼ਾਂ ਅਨੁਸਾਰ ਅਸੀਂ ਅੱਜ 4 ਟੀਮਾਂ ਦੇ ਰੂਪ ਵਿੱਚ ਜਿਹੜੀ ਹੈਗੀ ਹੈ ਪੂਰੇ ਹਲਕੇ ਨੂੰ ਕਵਰ ਕੀਤਾ, ਔਰ ਮੇਰੀ ਡਿਊਟੀ ਜਿਹੜੀ ਹੈਗੀ ਸਮਾਣੇ ਦੇ ਲੋਕਲ ਬੂਥਾਂ 'ਤੇ ਲੱਗੀ ਹੋਈ ਹੈ, ਔਰ ਮੇਰੀ ਪਾਰਟੀ ਨੰਬਰ 4 ਹੈ। ਟੋਟਲ ਵੋਟ ਕਿੰਨੇ ਹਲਕੇ ਦੇ ਵਿੱਚ? ਆਪਣੇ ਕੋਲ ਟੋਟਲ 232 ਬੂਥ ਨੇ, 232 ਬੂਥਾਂ ਵਿੱਚੋਂ ਕੁੱਲ 4 ਟੀਮਾਂ ਜਿਹੜੀਆਂ ਉਹ ਨਿਯੁਕਤ ਕੀਤੀਆਂ ਗਈਆਂ, ਔਰ 4 ਟੀਮਾਂ ਨੇ ਕੁੱਲ 81 ਜਿਹੜੇ ਵੋਟਰ ਨੇ ਜਿਹੜੇ ਕਿ 85 ਪਲੱਸ ਔਰ ਫਿਜ਼ੀਕਲੀ ਹੈਂਡੀਕੈਪ ਜਿਹੜੇ ਕਿ ਬੂਥ 'ਤੇ ਜਾ ਕੇ ਵੋਟਾਂ ਨਹੀਂ ਪਾ ਸਕਦੇ, ਉਹਨਾਂ ਨੂੰ ਭੁਗਤਾਉਣ ਵਾਸਤੇ ਉਹਨਾਂ ਨੂੰ ਹਾਊਸ ਟੂ ਹਾਊਸ ਜਿਹੜੇ ਹੈਗੇ ਜਾ ਕੇ ਉਹਨਾਂ ਦੇ ਆਪ ਵੋਟਾਂ ਅਸੀਂ ਪਵਾ ਕੇ ਆ ਰਹੇ ਹਾਂ।